ਸਰਬਜੀਤ ਕੌਣ ਹੋ ਜੀ? ਸਰਬਜੀਤ ਆਪ ਹੀ ਹੈ ਜੀ। ਤੇਰੇ ਨਾਂ ਤੇ ਪੁੱਤ ਲਾਇਆ ਉਹਨਾਂ ਨੇ, ਇਹ ਚੀਜ਼ ਖੜੀ ਹੈ, ਕਹਿੰਦੀ ਮੈਂ ਸਰਬਜੀਤ ਦੇ ਨਾਂ ਤੇ ਆਈ ਆ, ਵੀ ਇਹ ਬੰਦਾ ਕੁੱਟ ਮਾਰ ਕੇ ਤੈਨੂੰ ਘਰੋਂ ਕੱਢ ਦੇ ਤੇ ਕਿਸੇ ਨਾਲ ਨਾਰ ਹੀ ਹੋ ਜੀ। ਪਰਿਵਾਰ ਤੋਂ ਦੂਰ ਰਹਿਣਾ ਪੈਂਦਾ।
ਦੀ ਫਰਿਆਦ ਵਾਸਤੇ ਕੌਣ ਅੱਜ ਸਾਰੇ ਆ ਜਾਏ ਜਿੰਨੀਆਂ ਸੀ ਕੁੜੀਆਂ ਆਇਓ ਆਏ ਜਲਦੀ ਆਏ ਪੁੱਤਰ ਜਲਦੀ ਹੋ ਮੇਰਾ ਜਲਿਆ ਬਹੁਤ ਕਹਾ ਗਿਆ ਤੂੰ ਸਾਰਾ ਮੈਂ ਦੱਸ ਕੀ ਆਪਣੇ ਚ ਕੋਈ ਵੀ ਗੁੜੀ ਹੈਗੀ ਦੋ ਬੱਚੇ ਜੀ ਨੇ ਦੋ ਬੱਚੇ ਜੀ ਨੇ ਜੀ ਦੋ ਮੁੰਡੇ ਜੀ ਨੇ ਆ ਗਏ ਜੀ ਆ ਗਏ ਆਉਂਦੇ ਜੀ ਉਹ ਚੰਗੇ ਭਾਈ ਕਹਾਣੀ ਵਿੱਚ ਖੁਸ਼ ਖੁਸ਼ ਰਹਿੰਦੀ ਦਾ ਮਰਜ਼ੀ ਨਾ ਉੱਠੇ ਦੀ ਤੇ ਮਰਜ਼ੀ ਨਾ ਭਿੱਜੀ ਦਾ ਮਰਜ਼ੀ ਨਾ ਭਿੱਜੀ ਦਾ ਮਰਜ਼ੀ ਨਾ ਵਹਿੰਦੀ ਦਾ ਮਰਜ਼ੀ ਨਾ ਵਹਿੰਦੀ ਦਾ
चलो जी। और कौन बच्चा? और बुड्ढी कैडी दे दो बच्चे। आओ जी किधर?
ਆਪ ਨੂੰ ਆਪ ਸੁਧਾਰੂਗਾ ਤੇਰਾ ਘਰ ਵਾਸਾ ਦੇ ਦਿੰਦੀ
ਤੇਰੇ ਮੁੰਡੇ ਨੇ ਮਗਰ ਮੋਟਰਸਾਈਕਲ ਮਗਰ ਨਹੀਂ ਪੈਂਦੀ ਤੇ ਨਾ ਗੱਡੀ ਚ ਪਵੇ ਉਹ ਫਿਰ ਮੰਨੇ
سروج کون جی Oh,
ਮੁੰਡੇ ਨੂੰ ਹੋਇਆ ਸੀ ਮੁੰਡੇ ਨੂੰ ਹੋਇਆ ਸੀ ਹਾਂਜੀ ਹੈ ਹਾਂਜੀ ਇਹਦੇ ਕਾਰਨ ਹੋਇਆ ਸੀ ਠੀਕ ਆ ਲੋਕਾਂ ਨੇ ਬੱਖੀ ਫੜੀ ਆ ਕੋਈ ਕਹਿੰਦਾ ਸੀਗਾ ਵੀ ਪਤਰੀ ਆ ਕੋਈ ਕਹਿੰਦਾ ਗੁਰਦੇ ਦੇ ਵਿੱਚ ਪਿਸ਼ਾਬ ਕਰ ਹਾਂਜੀ ਠੀਕ ਆ ਇਹਨੂੰ ਪਤ ਆਵੇ ਘਰ ਦੇ ਵਿੱਚ ਇਹਨੂੰ ਸਿੱਧ ਕਰਾ ਕਿ ਦੇਵਤੇ ਨੂੰ ਕਰ ਦੇ ਤੇ ਕੌਣ ਵਾਰ ਹੋ ਜੂਗੀ ਠੀਕ ਆ ਜੈ ਚੱਕੇ ਕੌਣ ਹੈ ਰਾਮ ਸਿੰਘ ਭਗਤ ਹੈ ਜੀ ਕੋਈ ਗੱਲ ਗੁਰੂ ਬਣਾਇਆ ਜੀ ਕਹਿੰਦੇ ਛੱਡਦਾ ਨਾ ਹੁਣੇ ਵਿਖਾ ਦੂਗੀ
نوجوان دی موت ہوئی ہے کی لگدا جی تھڈا انہاں دا بھرا ہے جی والگی دے کٹے پتہ نہیں جی والگی دے کٹے کی دے جڑے کٹے بابے نے بابے نے والگی دے کٹے سی نہیں پتہ نہیں جی ہاں جی ہاں جی ایکسیڈنٹ ہویا سی گھر دے وچوں کٹاوے پتہ تھوڑے پاؤں بارا ہو جوں گی تے نہیں تاں منجے دی باہی اگے ٹٹی سی تے پھر دا پھیر کو بابا جی ایکسیڈنٹ میرا تے ہی ہویا سی گھر ہاں تو بھی ہویا پر کچھ بھی پتہ میں تانوں دسدا اے جڑا کہندا منجے دی باہی تھوڑی تھوڑی سی ٹٹی سی منجے دی باہی ٹٹی سی جی ہاں اے کہندا میں تاں پھر جلا کے پاؤں جاں پر پت مٹھو صاحب دے ڈیرے جڑا آ گیا ہور نہیں آیا ہوندا چلو سچے دربار کی وہ بڑا بھیڑ بھڑکا رہتا ہے جی اگر بتی تیل دے اٹھ لڈو لیو بیٹھو جی او میرے اپنی مکھانیاں سائیں وے تیرے نال دیتاں گھر کی خاطر کنک نے پایا جی حاضر ہے جی میں کرا کے لے جی منڈے دے پہلا کسے بابے کولے گئے سی کسے کولے رکھ دے سانو نہیں پتا اوہ دا ویاہ کیتا ہے پہلا بھی خراب بڑا کرتا سی رکھ کے نہیں رکھی ہے جی تھوڑے کو کہتے پتا نہیں جی جا کے ٹھیک ہے ٹرک پہ آ پیٹی تے جی سانو نہیں پتا
ਰੰਗ ਤੁਹਾਡੇ ਘਰੇ ਪਿਆ ਤੁਹਾਨੂੰ ਨਹੀਂ ਪਤਾ ਜੀ ਰੰਗ ਦਾ ਨਹੀਂ ਪਤਾ ਤੈਨੂੰ ਇਹ ਕਿ ਜਿਹੜਾ ਦੂਜੇ ਰੰਗ ਦਾ ਉਹਦੇ ਵਿੱਚ ਰੱਖ ਉਹਦੇ ਵਿੱਚ ਰੱਖ ਠੀਕ ਹੈ ਠੀਕ ਹੈ ਹਰ ਬੰਨ ਕੇ 10 ਰੁਪਏ ਵੀ ਹੈ ਠੀਕ ਹੈ ਉਹ ਉਹਦੇ ਘਰ ਦੇ ਵਿੱਚ ਪੁੱਤ ਛਾਲ ਮੰਡੀ ਠੀਕ ਹੈ ਇਸ ਜੀ ਨੂੰ ਕਹਿੰਦੇ ਨੌਜਵਾਨ ਹਾਂਜੀ ਲੜਕੀ ਆ ਹਾਂਜੀ ਉਹਦਾ ਰੌਲਾ ठीक है जी ठीक है ठीक है ਐਵੇਂ ਹੈ ਜੀ ਚੱਲੀ ਜੀ ਬੋਲੇ ਸੱਜੇ ਦਰਬਾਰ ਜੀ ਉਹ ਗੱਡੀ ਉੱਤੇ ਬੈਠਾ ਸਾਰਾ ਗੱਡੀ ਉੱਤੇ ਬੈਠਾ ਸਾਰਾ ठीक है जी हाँ जी ठीक है जी ठीक है ठीक है जी ठीक अठ अठ लड्डू अगरबत्ती तेल बिठा दे बिठा दे यार कर दे कर दे बाबू ताई जी मुंडे की पूछ लेनी है तुझे मुंडे की मुंडे का विह नहीं होंगे जी उन्हें पुछ कि लैनी है कि मुंडे का विह नहीं होंगे जी चलो जी चलो माता नहीं चले जगह का किने पूछना जगह बारे थां बारे आज जी आज आज हाजिर है जी चलो जी हां जी बनानी है जी कितने जाग ला लिया तेरा बच्चा ਪਤਾ ਨਹੀਂ ਆਪਾਂ ਨੂੰ ਤੁਹਾਡੇ ਕਿੱਥੇ ਲਾਈਆਂ ਤੁਸੀਂ ਮਸੀਤ ਕਿੱਟਾਂ
ਜੀ ਪਹਿਲਾਂ ਸਹੀਆਂ ਛੱਤਾਂ ਜੀ ਉਹ ਮੁਸਲਮਾਨਾਂ ਦੀਆਂ ਸੀਗੀਆਂ We'll be right back.
I'm gonna go
ਸਾਡੇ ਮੇਰੇ ਜਿੰਨੇ ਵੀ ਸਾਜੇ ਵੀ ਬੈਠੇ ਆ ਸਾਡੇ ਗੁਰਗੇ ਭਾਜੀ ਸੌਂਡਰ ਇੱਕ ਤਾੜੀ ਮਾਰ ਕੇ ਫਿਰ ਕਰਾਂਗੇ